ਬਈ ਟਰੈਕਟਰ ਲੱਗੇ ਆਪਾਂ ਚਾਲੂ ਕਰਨ ਕੰਮ ਤੇ ਤੇ ਆ ਖੜਿਆ ਆਪਣਾ ਟਰੈਕਟਰ ਤੇ ਮੀਟਰ ਲਾਤਾ ਇਹ ਹੈਗਾ ਆਪਣਾ ਟਰਾਂਸਮੀਟਰ ਤੇ ਲਾਈਕਾ ਦੇ ਸਿਸਟਮ ਚ ਹੈਗਾ ਆ ਬਈ ਟਰੈਕਟਰ ਲੈਣ ਦਾ ਆਪਾਂ ਕੰਮ ਤੇ ਸਵੇਰੇ ਸਵੇਰੇ ਲੱਗੇ ਆ ਚਾਲੂ ਕਰਨ ਪਹਿਲਾਂ ਪਿੰਡ ਆਹ ਕੰਮ ਕਰਨਾ ਫਿਰ ਥੋੜੀ ਸਾਈਡ ਤੇ ਜਾਣਾ ਕੰਮ ਕਰਨ 2 ਕਿੱਲੇ ਦਾ ਤੇ ਜੇ ਕਰਦੇ ਆ ਅੱਜ ਦਾ ਵਲੌਗ ਸਟਾਰਟ ਤੇ ਟਰਾਂਸਮੀਟਰ ਆਪਾਂ ਲਾ ਲਿਆ ਚਾਲੂ ਵੀ ਕਰਤਾ ਆਹ ਚਾਲੂ ਹੋ ਗਿਆ ਚੱਲੀ ਜਾਂਦਾ ਲਾਈਕਾ ਦੇ ਸਿਸਟਮ 'ਚ ਨਾ ਇਹਦੇ ਇਹ ਵਾਲੇ ਸਿਸਟਮ ਦੇ ਵਿੱਚ ਇੱਕ ਆਉਂਦਾ ਵਾ ਪਾਰਾ ਜਿਹਾ ਉਹਨੂੰ ਸੈਂਟਰ ਰੱਖ ਕੇ ਕਰਨਾ ਪੈਂਦਾ ਉਹਦੇ ਮੀਟਰ ਦੇ ਥੱਲੜੇ ਪਾਸੇ ਆ ਚਾਲੂ ਹੈਗੀ ਤਰਪਾਈ ਆਪਣੀ ਇਹ ਘੁੰਮਾਉਂਦਾ ਵੀ ਇਹ 'ਚ ਲੱਭਣੀ ਨਹੀਂ ਘੁੰਮਦੀ ਲੱਭਦੀ ਆ ਜੇ ਧਿਆਨ ਨਾਲ ਵੇਖੀਏ ਤਾਂ ਹਾਂ ਇੱਧਰ ਆਪਣਾ ਕਰਾ ਪੂਰਾ ਤਾਂ ਮੀਟਰ ਕਰ ਲਿਆ ਚਾਲੂ ਇਹਨੂੰ ਮਾਰਦੇ ਹਾਂ ਆਟੋ ਜਦੋਂ ਇਹਨੇ ਕਨੈਕਟ ਹੋ ਉਹਦੇ ਨਾਲ ਇਹਨੇ ਕਨੈਕਟ ਹੋ ਜਾਣਾ ਆਹ ਵਾਲੇ ਮੀਟਰ ਨੇ ਆਹ ਵਾਲੇ ਨੇ ਅਤੇ ਇੱਥੇ ਆਹ ਬੱਤੀ ਜਿਹੜੀ ਆ ਨਾ ਇਹ ਆਟੋ ਵਾਲੀ ਇਹ ਖਲੋ ਜਾਣੀ ਆ ਅਤੇ ਜਦੋਂ ਇਹ ਰੇਂਜ ਤੋਂ ਬਾਹਰ ਹੋ ਗਿਆ ਉਹਨਾਂ ਲੀਵਰ ਬੰਨ ਲੈਣ ਦਿਓ ਹਾਈਡਰੋਲਿਕ ਵਾਲਾ ਆਹ ਹਾਈਡਰੋਲਿਕ ਲੀਵਰ ਆ ਡਬਲ ਡਿਸਟ੍ਰੀਬਿਊਟਰ 'ਤੇ ਕਰਕੇ ਇੱਥੇ ਡਿਸਟ੍ਰੀਬਿਊਟਰ ਐਕਟੀਵੇਟ ਹੋ ਜਾਂਦਾ ਅਤੇ ਇਹਨੂੰ ਹੁਣ ਇੱਥੇ ਦੇਣਾ ਬੰਨ ਪਰ ਬੰਨਤਾ ਅਤੇ ਇਹਦੇ ਨਾਲ ਨਾ ਇਹ ਹਾਈਡਰੋਲਿਕ ਡਬਲ ਡਿਸਟ੍ਰੀਬਿਊਟਰ ਐਕਟੀਵੇਟ ਹੋ ਜਾਂਦਾ ਥੋੜ੍ਹਾ ਲੂਜ਼ ਵੱਧਾ ਵਾ ਗਿਆ ਥੋੜ੍ਹਾ ਟਾਈਟ ਕਰਕੇ ਬੰਨਣਾ ਆ ਪਿੱਛੇ ਪੈਪਾਂ ਦੀ ਸਪਲਾਈ ਇਹ ਸਿੰਗਲ ਡਬਲ ਨਾ ਇੱਥੇ ਥੱਲੇ ਹੁੰਦਾ ਉਹ ਆਹ ਵਾਲਾ ਜਿਹੜਾ ਨਾ ਇਹਨੂੰ ਫੁੱਲ ਟਾਈਟ ਕਰ ਦਾਂਗੇ ਆਪਾਂ ਅਤੇ ਇਹ ਡਬਲ ਡਿਸਟ੍ਰੀਬਿਊਟਰ 'ਤੇ ਐਕਟੀਵੇਟ ਹੋ ਜਾਣਾ ਵਾ ਫਿਰ ਇਹਨੇ ਇੱਕੋ ਪਾਸੇ ਇਹਦੀ ਇੱਕ ਜਿਹੜੀ ਇੱਕ ਪਾਈਪ ਆ ਇੱਕ ਪਾਈਪ ਇਹਦੀ ਇਨਲਾਈਨ ਹੋ ਜਾਣੀ ਆ ਇੱਕ ਪਾਈਪ ਇਹਦੀ ਆਊਟਲਾਈਨ ਹੋ ਜਾਣੀ ਆ ਇਹਦੀ ਹੁਣ ਜਿਹੜੀ ਉੱਪਰਲੀ ਪਾਈਪ ਆ ਉਹ ਇਹਦੀ ਆਊਟਲਾਈਨ ਆ ਉਹ ਤੋਂ ਕਰਾਹ ਨੂੰ ਤੇਲ ਦੀ ਸਪਲਾਈ ਜਾਣੀ ਆ ਲਿਫਟ ਦੀ ਲਿਫਟ ਦੇ ਪੰਪ ਦੀ ਅਤੇ ਜਿਹੜਾ ਥੱਲੜਾ ਵਾ ਉਹ ਤੋਂ ਇਹਨੇ ਵਾਪਸੀ ਲੈਣੀ ਆ ਕਿਉਂਕਿ ਜਿਹੜਾ ਕੰਪਿਊਟਰ ਕਰਾਹ 'ਤੇ ਟਾਈਟਰ ਚੱਲਦਾ ਨਾ ਉਹਦਾ ਤੇਲ ਦੀ ਸਪਲਾਈ ਡਾਇਰੈਕਟ ਹੁੰਦੀ ਆ ਆਹ ਹੁਣ ਟਾਈਟ ਕਰਕੇ ਬੰਨ ਲਿਆ ਅਤੇ ਜਦੋਂ ਆਹ ਵਾਲਾ ਵੱਧ ਜਾਣਾ ਫਿਰ ਆਹ ਲੀਵਰ ਖਤਮ ਹੋ ਜਾਣਾ ਇਹਨਾਂ ਨਾਲ ਉਹ ਜਿਹੜੀ ਲਿਫਟ ਦੇ ਜਿਹੜੇ ਉੱਪਰ ਥੱਲੇ ਵਾਲਾ ਸਿਸਟਮ ਆ ਉਹ ਬੰਦ ਹੋ ਜਾਣਾ ਹੁਣ ਜਦੋਂ ਇਹ ਉਹ ਲੀਵਰ ਵੱਧ ਗਿਆ ਅਤੇ ਜਿੰਨੀ ਤੇਲ ਦੀ ਸਪਲਾਈ ਸਾਰੀ ਡਾਇਰੈਕਟ ਹੋ ਜਾਣੀ ਆ ਅਤੇ ਆ ਕਰਾਹ ਆਪਣਾ ਇੱਥੋਂ ਹੁਣ ਸਵਿੱਚ ਠਾਂ ਕਰਨਾ ਅਤੇ ਆਟੋ ਦੀ ਲਾਈਟ ਜਗਣ ਡੀ ਆ ਨਾ ਕਿਉਂਕਿ ਇੱਥੇ ਕਰਾਹ ਕਨੈਕਟ ਆ ਅਤੇ ਜਦੋਂ ਇਹਨੇ ਕਰਾਹ ਨੇ ਇਹਦੀ ਰੇਂਜ ਤੋਂ ਬਾਹਰ ਆ ਜਾਣਾ ਉਹਦੀਆਂ ਵੀ ਲਾਈਟਾਂ ਬੁੱਝ ਜਾਣੀਆਂ ਅਤੇ ਇਹਦੀਆਂ ਵੀ ਆ ਜਿਹੜੀ ਬਲਿੰਕ ਆਂਡੀ ਆ ਵੀ ਬੁੱਝ ਜਾਣੀਆਂ ਵੇਖਿਓ ਹੁਣ ਅਕਾਰ ਆ ਉਹਦੀ ਰੇਂਜ 'ਚੋਂ ਬਾਹਰ ਹੋ ਗਿਆ ਉਹ ਵਾਲੇ ਦੀ 'ਚੋਂ ਅਤੇ ਆਟੋ ਦੀ ਲਾਈਟ ਬਲਿੰਕ ਕਰਨ ਲੱਗ ਪਈ ਇੱਧਰ ਇਹਦੀਆਂ ਵੀ ਅਤੇ ਹੁਣ ਮੈਂ ਕਰਦਾ ਵਾਂ ਟਰੈਕਟਰ ਸਟਾਰਟ ਕਰਕੇ ਇਹ ਆ ਕਿ ਤੇਲ ਦੀ ਸਪਲਾਈ ਮਿਲ ਜੂ ਅਤੇ ਹੁਣ ਕਰਾਹ ਨਹੀਂ ਤਾਂ ਚੁੱਕਣਾ ਆਹ ਮੀਟਰ ਨੂੰ ਘੁਮਾਈ ਜਾਣਾ ਜਦੋਂ ਇਹਨੇ ਉਹਦੀ ਰੇਂਜ 'ਤੇ ਆਉਣਾ ਕਰਾਹ ਨੇ ਆਟੋਮੈਟਿਕਲੀ ਕਨੈਕਟ ਹੋ ਜਾਣਾ ਫਿਰ ਜਦੋਂ ਕਨੈਕਟ ਹੋ ਗਿਆ ਉਹ ਕਨੈਕਟ ਹੋ ਗਿਆ ਫਿਰ ਇਹਨਾਂ ਨੂੰ ਜਦੋਂ ਜਿੱਦਾਂ ਇਹਨੂੰ ਘੁਮਾਈ ਜਾਣਾ ਉਹ ਮੀਟਰ ਇੰਚ ਇੰਚ ਤਾਂ ਜਾਈ ਜਾਣਾ ਵਾ ਅਤੇ ਕਰਾਹ ਡਾਊਨ ਹੁੰਦਾ ਜਾਣਾ ਬਸ ਇੰਨੀ ਕੁ ਇਹਦੀ ਕਨੈਕਟ ਕਰਨ ਦੀ ਡਿਟੇਲ ਆ ਆ ਫਿਰ ਕਨੈਕਟ ਹੋ ਗਿਆ ਅਤੇ ਕਰਦੇ ਹਾਂ ਆਪਾਂ ਕੰਮ ਚਾਲੂ ਅਤੇ ਇੱਥੇ ਕੰਮ ਕਰਕੇ ਫਿਰ ਹੋਰ ਕਿਤੇ ਜਾਣਾ ਅਤੇ ਆਹ ਹੈਗੇ ਆਪਣੇ ਲਾਗੇ ਹੀ ਫਾਰਮ ਆਹ ਸਾਡੇ ਤਾਇਆ ਇਹਦੇ ਬੇਟੇ ਦਾ ਬਾਹਰ ਫਾਰਮ ਇਹਦੇ ਪਾਰ ਦੇ ਪਾਸੇ ਆਪਣੇ ਫਾਰਮ ਆ ਅਤੇ ਬਰਡ ਆਪਣਾ ਜੇ ਪਿਆ ਨਹੀਂ ਫਾਰਮ 'ਤੇ ਕਿਉਂਕਿ ਮੈਂ ਕੰਪਨੀ ਦਾ ਥੋੜ੍ਹਾ ਜਿਹਾ ਹਿਸਾਬ ਕਿਤਾਬ ਜਿਹਾ ਚੱਲਣ ਡਿਆ ਸੀ ਅਤੇ ਉਹਦੇ ਵੀ ਬਲੌਗ ਇੱਕ ਦਿਨ ਦੇ ਇੱਕ ਦੋ ਦਿਨ ਦੇ ਵਿੱਚ ਪੋਲਟਰੀ ਦੇ ਵੀ ਚਾਲੂ ਹੋ ਜਾਣਗੇ ਉਹਦੀ ਡਿਟੇਲ ਤੁਹਾਨੂੰ ਮੈਂ ਗਾੜੀ ਦੱਸਦਾ ਅਤੇ ਬਾਕੀ ਕਰੀਏ ਕੰਮ ਚਾਲੂ ਕਰ ਲਈਏ ਟਾਈਮ ਟੂਮ ਨੋਟ ਬਈ ਆਹ ਵਾਲਾ ਕੰਮ ਆਪਾਂ ਕਰ ਲਿਆ ਅਤੇ ਲੱਗੇ ਹਾਂ ਬਾਈ ਸਾਡਾ ਡਿਆ ਸਮਾਨ ਸੈੱਟ ਕਰਨ ਇਹਨੂੰ ਨਾ ਉੱਦਾਂ ਤੁਸੀਂ ਵਲੌਗ 'ਚ ਵੇਖਿਆ ਹੋਣਾ ਮੈਂ ਮੁੱਢ ਦੱਸਣ ਡਿਆ ਇਹਦਾ ਨਾ ਇੱਥੋਂ ਬਹਿੰਦੀ ਆ ਆਹ ਚੀਪ ਆਹ ਨਟ ਲਾਗੋ ਮਾਰ ਮੁੱਢ 'ਚ ਮੈਂ ਬੈਕ ਕਰਕੇ ਨਾ ਇਹਨੂੰ ਸਿੱਧਾ ਕਰ ਲਿਆ ਉਦੋਂ ਵੀਡੀਓ ਬਣਾ ਨਹੀਂ ਪਾਇਆ ਕਿ ਮੈਂ ਹੈ ਇਕੱਲਾ ਸੀ ਅਤੇ ਇਹ ਸਾਡੇ ਸਰਦਾਰ ਹੋਣੀ ਹੈ ਨਹੀਂ ਸੀ ਮੇਰੇ ਨਾਲ ਹੁੰਦੇ ਅਤੇ ਫਿਰ ਆਪਾਂ ਵੀਡੀਓ ਬਣਾ ਲੈਣੀ ਅਤੇ ਇੱਕ ਇਹਨੂੰ ਥੋੜ੍ਹਾ ਜਿਹਾ ਨਾ ਚੁੱਕਿਆ ਸੀ ਇੱਧਰਲੇ ਪਾਸੇ ਉਹ ਕਰਾਹ ਨੂੰ ਕਿ ਖਾਲੀ ਨਹੀਂ ਸੀ ਹੁੰਦਾ ਮੁੱਢਾਂ 'ਚ ਅਤੇ ਅੱਜ ਇਹਨੂੰ ਲੱਗੇ ਹੁਣ ਸੈੱਟ ਕਰਨ ਆ ਲਓ ਭਾਅ ਜੀ ਚਾਬੀਆਂ ਅਤੇ ਇਹਨੂੰ ਸੈੱਟ ਸੁੱਟ ਕਰਕੇ ਚੱਲਦੇ ਹਾਂ ਦੂਜੇ ਕੰਮ 'ਤੇ
ਮਾੜਾ ਜਿਹਾ ਚੁੱਕਣਾ ਵਾ ਬੇਮਲੂਮਾ ਜਿਹਾ ਥੜੜੇ ਦੇ ਢਿੱਲੇ ਹੋਣੇ ਭਾਜੀ ਇੱਕ ਢਿੱਲਾ ਵਾ ਬਾਈ ਸੈਕਿੰਡ ਕੰਮ ਹੈਗਾ ਆਪਣਾ ਇਹ ਵਾਲਾ ਆਹ ਖੱਤਾ ਅਤੇ ਉਹ ਸ਼ਾਇਦ ਪਰਲਾ ਵੀ ਹੋਵੇ ਅਤੇ ਉਹ ਆਉਂਦਾ ਆਪਣਾ ਟਰੈਕਟਰ ਅਤੇ ਆਪਣਾ ਕੰਮ ਅੱਛਾ ਚੱਲੀ ਜਾਂਦਾ ਵਾ ਅੱਜ ਮੇਰੇ ਨਾਲ ਬਾਈ ਹੈਗਾ ਅਤੇ ਮੈਂ ਵਲੌਗ ਬਣਾ ਲੈਂਦਾ ਅਤੇ ਇਹ ਆਹ ਏਰੀਆ ਆਪਣਾ ਤਕਰੀਬਨ ਗੰਨੇ ਵਾਲੀਆਂ ਪੈਲੀਆਂ 'ਚ ਹੀ ਆਪਾਂ ਨੂੰ ਕੰਮ ਮਿਲਣ ਡਿਆ ਅਤੇ ਉਹ ਮੁੱਢ ਜਿਹੜਾ ਤੁਹਾਨੂੰ ਮੈਂ ਪਿਛਲੇ ਵਲੌਗ 'ਚ ਜਿਹੜਾ ਵੇਖਿਆ ਉਹ ਮੁੱਢ ਦਾ ਇਹ ਵੀ ਮੈਂ ਇਕੱਲਾ ਸੀ ਪਹਿਲਾਂ ਕਰਾ ਨਾ ਕੰਮ ਕਰਦੇ ਹਾਂ ਪਿਛਲੇ ਸਾਲ ਮੰਡ ਦੇ ਵਿੱਚ ਦਰਿਆ 'ਤੇ ਬੈਂਡ ਹੋ ਗਿਆ ਸੀ ਸੈਂਟਰ 'ਚ ਮੁੱਢ ਆ ਗਿਆ ਅਤੇ ਉਹ 'ਚ ਵਿੱਚ ਵੱਜ ਗਏ ਅਤੇ ਕਰਾਹ ਬੈਂਡ ਹੋ ਗਿਆ ਸੀ ਉਹ ਥੋੜ੍ਹਾ ਥੋੜ੍ਹਾ ਮਾਰ ਕੇ ਸਿੱਧਾ ਕੀਤਾ ਸੀ ਦਾਣ ਨਾ ਉਹ ਨਹੀਂ ਹੁੰਦਾ ਅਤੇ ਉਹ ਖਰਾਦੀ ਇਹ ਕੋ ਕਰਾਉਣਾ ਪੈਣਾ ਸੀ ਅਤੇ ਉਦਣ ਮੈਂ ਨਾ ਕੰਮ ਕਰਕੇ ਉਹ ਪੈਲੀ ਦੇ ਗੱਬੇ ਮੁੱਢ ਸੀਗਾ ਉਹ ਮੈਂ ਚੱਲ ਅੱਜ ਜਗਾੜ ਲਾਉਂਦੇ ਹਾਂ ਉਹ ਦੋ ਤਿੰਨ ਵਾਰੀ ਟਰਾਈ ਕੀਤਾ ਅਤੇ ਉਹ ਹੋਣ ਲੱਗ ਪਿਆ ਹੈ ਮੈਂ ਇਕੱਲਾ ਹੀ ਨਹੀਂ ਤਾਂ ਵੀ ਉਹ ਚੀਜ਼ ਵਲੌਗ 'ਚ ਪਾਉਣ ਵਾਲੀ ਸੀ ਵੀ ਜੱਟ ਜਗਾੜੀ ਹੁੰਦੇ ਆ ਉਹ ਕੰਮ ਕੀਤਾ ਸੀ ਅਤੇ ਉਹ ਵੀ ਸਿੱਧਾ ਹੋ ਗਿਆ ਆਪਣਾ ਇੱਕ ਕਰਾਹ ਆਪਣਾ ਥੋੜ੍ਹਾ ਜਿਹਾ ਨਾ ਇੱਕ ਪਾਸੇ ਚੁੱਕ ਕੇ ਚਲਾਉਂਦਾ ਸੀ ਮੈਂ ਮੁੱਢ ਵਾਲੀਆਂ ਪੈਲੀਆਂ ਕਰਕੇ ਅਤੇ ਹੁਣ ਕਿਉਂਕਿ ਉਹ ਅੱਗੇ ਪਹਿਲੇ ਜਿਹੜਾ ਪਿਛਲੇ ਦਿਨਾਂ 'ਚ ਕੰਮ ਕੀਤਾ ਉਦੋਂ ਪੈਲੀਆਂ ਗਿੱਲੀਆਂ ਸੀ ਕਿਉਂਕਿ ਠੰਡ ਸੀਗੀ ਹੁਣ ਥੋੜ੍ਹੀ ਗਰਮੀ ਹੋ ਗਈ ਆ ਪੈਲੀਆਂ ਸੁੱਕੀਆਂ ਮੁੱਢ ਮੱਢ ਵੀ ਹੈ ਗੇ ਅਤੇ ਇਸ ਕਰਕੇ ਕਰਾਹ ਆਪਣਾ ਸੈੱਟ ਸੁੱਟ ਕਰ ਲਿਆ ਅਤੇ ਹੁਣ ਰਹਿ ਗਈ ਆਪਣੇ ਟਰੈਕਟਰ ਦੀ ਫਾਈਬਰ ਰੋਡ ਅਤੇ ਫਾਈਬਰ ਰੋਡ ਲਵਾਉਣੀ ਸੀ ਅਤੇ ਜਿਹੜੇ ਫਾਈਬਰ ਰੋਡ ਜੋਗੇ ਆਪਾਂ ਪੈਸੇ ਇਕੱਠੇ ਕੀਤੇ ਉਹ ਸਾਰੇ ਕਿਸੇ ਹੋਰ ਪਾਸੇ ਲੱਗ ਗਏ ਅਤੇ ਇਸ ਕਰਕੇ ਇੱਦਾਂ ਦੇ ਆਪਣਾ ਕੰਮ ਕਰ ਜਿਹਾ ਹੁਣ ਲਵਾਉਂਦੇ ਫਾਈਬਰ ਰੋਡ ਅਤੇ ਆਪਣਾ 9000 ਵਾ ਉਹ 'ਚ ਬੈਟਰੀ ਦਿਖਾਉਣੀ ਆ ਉਹਦੇ ਕਲੱਚ ਦਾ ਕੰਮ ਕਰਾਉਣਾ ਉਹਦਾ ਕਲੱਚ ਲੁੱਕ ਦਾ ਕਰਵਾਉਣਾ ਵਾ ਅਤੇ ਇੱਦਾਂ ਦੀ ਸਾਰੀ ਦਿਹਾੜੀ ਆਪਣੀ ਜ਼ਿੰਦਗੀ ਹੈ 5-6 ਮਹੀਨੇ ਆਪਣੇ ਇੱਦਾਂ ਹੀ ਆ ਉਹ ਤੋਂ ਬਾਅਦ ਆਪਣਾ ਪੋਲਟਰੀ ਦਾ ਅਤੇ ਫਾਰਮ 'ਤੇ ਵੀ ਆਪਣੇ ਚੂਚਾ ਤਕਰੀਬਨ ਬਾਈ 7 ਜਨਵਰੀ ਦੇ ਫਾਰਮ ਖਾਲੀ ਹੋਏ ਆ ਬਰਡ ਪਾਇਆ ਨਹੀਂ ਅਤੇ ਆਪਣੇ ਹੁਣ ਸ਼ਾਇਦ 10-15 ਦੇ ਵਿੱਚ ਕੰਪਨੀ ਕਹਿਣ ਦੀ ਚੂਚਾ ਦੇ ਦਿੰਦੇ ਹਾਂ ਜਿੱਦਣ ਵੀ ਚੂਚਾ ਪੈਂਦਾ ਅਤੇ ਉਹਦੇ ਵਲੌਗ ਵੀ ਸਟਾਰਟ ਹੋ ਜਾਣਗੇ ਅਤੇ ਤੁਸੀਂ ਸਾਰੇ ਜਾਣੇ ਸਪੋਰਟ ਕਰਦੇ ਰਹੋ ਇੱਦਾਂ ਹੀ ਅਤੇ ਆਹ ਵਾਲਾ ਬਾਈ ਇਹੀ ਦੋਵੇਂ ਖੱਤੇ ਆ ਆਹ ਵਾਲਾ ਅਤੇ ਆਹ ਵਾਲਾ ਅਤੇ ਮੀਟਰ ਫੇਰ ਆਪਾਂ ਚਾਲੂ ਕਰਤਿਆ ਅਤੇ ਇਹਦੀ ਫੇਰ ਡਿਟੇਲ ਇਹੀ ਆ ਵੀ ਇਹਨੂੰ ਚਾਲੂ ਕਰਕੇ ਇਹ 'ਚ ਆਹ ਵਾਲਾ ਹੁੰਦਾ ਸਾਡੇ 'ਚ ਦਾਣਾ ਜਿਹਾ ਉਹ ਬਿਲਕੁਲ ਸੈਂਟਰ ਜਿਹੇ 'ਤੇ ਕਰ ਲਓ ਜਿੱਧਰਲੇ ਪਾਸੇ ਨੂੰ ਡਾਉਣ ਦਾ ਜਾਂ ਲਾਈਕਾ ਦੇ ਸਿਸਟਮ ਜਾਂ ਬਾਕੀ ਕਿਸੇ ਦੇ ਸਿਸਟਮ 'ਚ ਹੁੰਦਾ ਇਹ ਲਾਈਕਾ ਰਬੀ 810 ਮੇਡ ਇਨ ਡੈਨਮਾਰਕ ਅਤੇ ਉਹ ਟਰਾਂਸਮੀਟਰ ਤਾਂ ਚੜ੍ਹੀ ਜਾਂਦਾ ਬਾਈ ਕਰੀ ਜਾਂਦਾ ਉਹ ਕਰਾਹ ਕਨੈਕਟ ਹੋ ਕੇ ਜ਼ਮੀਨ 'ਤੇ ਚੜ੍ਹ ਗਿਆ ਤਾਂ ਅਤੇ ਲੱਗਾ ਬਾਈ ਚਾਲੂ ਕਰਨ ਇਹਨੂੰ ਹੋਲੈਂਡ ਵਾਲਾ ਸਲੰਸਰ ਪੁਲਾ ਪਾਉਂਦੇ ਹਾਂ ਉਹਦੀ ਨਾ ਉਹ ਸਲੰਸਰ ਦੀ ਨਾ ਪੱਤੀ ਬਣਨੀ ਆ ਜਿਹਦੇ 'ਤੇ ਉਹ ਪਾਈਪ ਲੱਗਣੀ ਆ ਅਤੇ ਉਹ ਪੱਤੀ ਬਣਵਾਉਂਦੇ ਹਾਂ ਅਤੇ ਫਿਰ ਆਪਾਂ ਸਲੰਸਰ ਸਲੂੰਸਰ ਲਿਆਉਂਦੇ ਹਾਂ ਪਹਿਲਾਂ ਪੈਸੇ ਪੂਸੇ ਇਕੱਠੇ ਕਰ ਲਈਏ ਬਾਈ ਕਿਉਂਕਿ ਬੜੀ ਸਟਰਗਲ ਭਰੀ ਜੀ ਜ਼ਿੰਦਗੀ ਆ ਉਹ ਤਾਂ ਤੁਹਾਨੂੰ ਫੇਰ ਦੱਸਾਂਗੇ ਵਿਹਲੇ ਅਤੇ ਤੁਸੀਂ ਸਾਰੇ ਜਣੇ ਸਪੋਰਟ ਕਰਿਓ ਅਤੇ ਫਿਰ ਆਪਣੇ ਮੇਰੇ ਸ਼ੌਂਕ ਜੇ ਬੜੇ ਪੁੱਠੇ ਜਿਹਾ ਪਰ ਆਪਾਂ ਜਦੋਂ ਮੇਰਾ ਕੰਮ ਜਿਹਾ ਸੈੱਟ ਜਿਹਾ ਹੋ ਜੂਗਾ ਨਾ ਚੰਗੀ ਤਰ੍ਹਾਂ ਅਤੇ ਫਿਰ ਮੈਂ ਤੁਹਾਨੂੰ ਦੱਸੂੰਗਾ ਵੀ ਕੀ ਕਰਦਾ ਮੈਂ ਤੁਹਾਡੀ ਸਪੋਰਟ ਨਾਲ ਫਿਰ ਆਪਾਂ ਸਾਰਾ ਕੁਝ ਹੀ ਕਰੀ ਜਾਣਾ ਆਪਾਂ ਮੋਟੋ ਵਲੋਗਿੰਗ ਵੀ ਸਟਾਰਟ ਕਰਦੇ ਹਾਂ ਫਿਲਹਾਲ ਤਾਂ ਆਪਾਂ ਉਹ ਆਹ ਵਾਲੇ ਘੋੜੇ 'ਤੇ ਕਰਾਂਗੇ ਆਹ ਵਾਲੇ 'ਤੇ ਅਤੇ ਬਾਅਦ ਵਿੱਚ ਫਿਰ ਆਪਾਂ ਕੋਲ ਘੈਂਟ ਜਿਹਾ ਮੋਟਰਸਾਈਕਲ ਲਵਾਂਗੇ ਉਹ 'ਤੇ ਮੋਟੋ ਵਲੋਗਿੰਗ ਸਟਾਰਟ ਕਰਾਂਗੇ ਅਤੇ ਤੁਸੀਂ ਸਾਰੇ ਜਣੇ ਸਪੋਰਟ ਕਰਿਓ ਅਤੇ ਹੋਰ ਕਰਨਾ ਕੀ ਆ ਇੱਕ ਮੋਟੋ ਵਲੋਗਿੰਗ ਸਟਾਰਟ ਕਰਨੀ ਆ ਅਤੇ ਇੱਕ ਕਾਰ ਦੇ ਵਿੱਚ ਰੋਡ ਟ੍ਰਿਪ ਕਰਿਆ ਕਰਨੇ ਆ ਫੇਰਾ ਤੁਰਾ ਕਰਾਂਗੇ ਨਾਲ ਕੋਈ ਨਾ ਕੋਈ ਪੁੱਠਾ ਸਿੱਧਾ ਪੰਗਾ ਕਾਰ ਨਾਲ ਲੈਂਦੇ ਰਵਾਂ ਕਰਾਂਗੇ ਅਤੇ ਨਾਲ ਨਾਲ ਆਪਣਾ ਕੰਮ ਕਰ ਅਤੇ ਲਾ ਲਈਏ ਅੱਜ ਦੀ ਦਿਹਾੜੀ ਬਸ ਆਹੀ 2 ਕਰਕੇ ਚੱਲ ਜਾਣਾ ਭਾਜੀ ਨੂੰ ਵੀ ਕੰਮ ਆ ਅਤੇ ਮੈਨੂੰ ਵੀ ਕੰਮ ਆ ਕਿਉਂਕਿ ਮੈਂ 2 ਕੰਪਨੀ 'ਚ ਮਾਲ ਨਹੀਂ ਪਾਇਆ ਫਾਰਮ 'ਚੋਂ ਪਾਇਆ ਨੀਗਾ ਮਾਲ ਅਤੇ ਕੰਪਨੀ ਵਾਲੇ ਥੋੜ੍ਹੇ ਜਿਹੇ ਨਾ ਇੱਦਾਂ ਉੱਦਾਂ ਕਰਨ ਡੇ ਆ ਪਹਿਲਾਂ ਮੈਂ ਸੋਚਦਾ ਪਿਆ ਸੀ ਕੰਪਨੀ ਚੇਂਜ ਕਰਨ ਵਾਸਤੇ ਪਰ ਫਿਰ ਕੁਲਜਾਸਰਾ ਇਹਦੇ ਮਾਲ ਪਾਉਣ ਲੱਗੇ ਹਾਂ ਅਤੇ ਤੁਸੀਂ ਸਾਰੇ ਜਾਣੇ ਲੋਕਾਂ ਨੂੰ ਜ਼ਰੂਰ ਸਪੋਰਟ ਕਰਿਆ ਕਰੋ ਅਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਅਤੇ ਨਾਲ ਨਵੇਂ ਨਵੇਂ ਫੋਨ ਫੜ ਕੇ ਅਤੇ ਆਪਣਾ ਮੇਰਾ ਯੂਟਿਊਬ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਅਤੇ ਯੂਟਿਊਬ ਪੋਲਟਰੀ ਦੇ ਨਾ ਵਲੌਗ ਜਿਹੜੇ ਆ ਉਹ ਮੈਂ ਕੰਟੀਨਿਊਸ ਪਾਉਂਦਾ ਰਹੂੰਗਾ ਪਰ ਥੋੜ੍ਹੇ ਜਿਹੇ ਵਲੌਗ ਇਸ ਚੈਨਲ 'ਤੇ ਪਾਊਂਗਾ ਉਹਦੇ ਲਈ ਮੈਂ ਇੱਕ ਵੱਖਰਾ ਚੈਨਲ ਬਣਾਇਆ ਵਾਂ
ਉਹ ਕੱਲਾ ਪੋਲਟਰੀ ਵਾਸਤੇ ਰਹੂਗਾ ਕਿਉਂਕਿ ਫਿਰ ਇਹਦੇ 'ਚ ਮਿਕਸ ਅਪ ਜਿਹਾ ਹੋ ਜਾਣਾ ਇਹ ਚੈਨਲ ਮੈਂ ਬਣਾਇਆ ਮਤਲਬ ਆਪਣੇ ਲਾਈਫ ਰਿਲੇਟਡ ਹੀ ਪਰ ਕਿਉਂਕਿ ਮੈਨੂੰ ਜਿੰਨਾ ਸਾਰੇ ਜਾਣੇ ਮੇਰੇ ਨਾਲ ਤਕਰੀਬਨ ਕੋਈ 500 ਸਬਸਕ੍ਰਾਈਬਰ ਆਪਣੀ ਵੀਰ ਆ ਉਹ ਸਾਰੇ ਮੇਰੇ ਨਾਲ ਨਾ ਯੂਟਿਊਬ ਤੋਂ ਪੋਲਟਰੀ ਥਰੂ ਮੇਰੇ ਨਾਲ ਅਟੈਚ ਹੋਏ ਆ ਅਤੇ ਉਹਦੇ ਵਾਸਤੇ ਫਿਰ ਮੈਂ ਉਹਦੇ ਕਰਕੇ ਵੱਖਰਾ ਚੈਨਲ ਬਣਾਇਆ ਵਾ ਉਹਦੇ 'ਤੇ ਵੀਡੀਓ ਇਹਦੇ 'ਤੇ ਵੀ ਪਾਵਾਂਗਾ ਵੀਡੀਓ ਉਹਦੇ 'ਤੇ ਵੀ ਪਾਵਾਂਗਾ ਅਤੇ ਫਿਰ ਜਦੇ ਮੰਨ ਲਓ ਉਹਦੇ 'ਤੇ ਸਾਰੇ ਜਾਣੇ ਪੋਲਟਰੀ ਵਾਲੇ ਬੰਦੇ ਉਹਦੇ 'ਤੇ ਮੂਵ ਹੋ ਜਾਣਗੇ ਇਹ ਆਪਣਾ ਮੰਨ ਲਓ ਡੇਲੀ ਲਾਈਫ ਵਾਲਾ ਹੋ ਜਾਊਗਾ ਅਤੇ ਉਹ ਆਪਣਾ ਪੋਲਟਰੀ ਵਾਲਾ ਹੋ ਜਾਊਗਾ ਅਤੇ ਜਦੋਂ ਆਪਣਾ ਪੋਲਟਰੀ ਵਾਲਾ ਉਹ ਉਹਦੇ 'ਤੇ ਸਾਰੇ ਬੰਦੇ ਮੂਵ ਹੋ ਜਾਣਗੇ ਅਤੇ ਕੰਟੀਨਿਊ ਉਹਦੇ 'ਤੇ ਵਲੋਗ ਆਉਂਦੇ ਰਹਿਣਗੇ ਅਤੇ ਜਦੋਂ ਦਾ ਮੈਂ ਫਾਰਮ ਬਣਾਇਆ ਵਾਂ 2020 'ਚ ਬਣਾਇਆ ਸੀ ਅਤੇ ਜਿਹੜੀ ਆਪਣੀ ਨਿੱਪਲਾਂ ਵਾਲੀ ਸ਼ੈੱਡ ਆ ਉਹ 21 'ਚ 21 ਜਨਵਰੀ ਨੂੰ ਕੰਮ ਚਾਲੂ ਕੀਤਾ ਸੀ ਆਪਾਂ 21 ਦੇ ਵਿੱਚ ਅਤੇ ਜਦੋਂ ਦੇ ਬਣਾਇਆ ਉਦੋਂ ਦਾ ਕਦੀ ਇੰਨੇ ਟਾਈਮ ਰੈਸਟ ਨਹੀਂ ਦਿੱਤੀ ਕਿਉਂਕਿ 10-12 ਦਿਨਾਂ ਬਾਅਦ ਬਰਡ ਪਾ ਦਿੰਦੇ ਰਹੇ ਹਾਂ ਅਤੇ ਹੁਣ ਆਪਾਂ 2 ਮਹੀਨੇ ਤਕਰੀਬਨ ਇਸੇ ਰੀਜ਼ਨ ਕਰਕੇ ਮੈਂ ਫਾਰਮ ਖਾਲੀ ਰੱਖੇ ਸੀ ਕਿਉਂਕਿ ਮੈਂ ਜਦੋਂ ਪਰਫੈਕਟ ਨਾਲ ਕੰਮ ਕੀਤਾ ਨਾ ਪਰਫੈਕਟ ਦੀ ਬਰੀਡ ਹੈਗੀ ਹੈਬਰਡ ਉਹ ਇੰਗਲੈਂਡ ਦਾ ਬਰਡ ਆ ਅਤੇ ਉਹ ਜੇ ਤਾਂ ਸਾਰਾ ਚੱਲ ਪਏ ਤਾਂ ਫਿਰ ਤਾਂ ਬੜਾ ਵਧੀਆ ਰਿਜ਼ਲਟ ਸੀ ਕਿਉਂਕਿ ਉਹ ਪੈਸੇ 3-4 ਲਾਡ ਮੈਂ ਕੱਢੇ ਉਹਨਾਂ ਨਾਲ ਵਧੀਆ ਸੀਗਾ ਰਿਜ਼ਲਟ ਪਰ ਬਾਅਦ ਵਿੱਚ ਨਾ ਉਹਨਾਂ ਦੀ ਮੋਰਟੈਲਿਟੀ ਹੋਣ ਲੱਗ ਪਈ ਸੀ ਅਤੇ ਉਹ ਫਿਰ ਨੁਕਸਾਨ ਹੁੰਦਾ ਸੀਗਾ ਆਪਣਾ ਅਤੇ ਉਹ ਫਿਰ ਮੈਂ ਕੰਪਨੀ ਚੇਂਜ ਕਰਕੇ ਉਸ ਤੋਂ ਬਾਅਦ ਹੀ ਕੁਲਜਾਸ ਰਾਏ ਨਾਲ ਕੰਮ ਕਰਨ ਲੱਗਾ ਸੀ ਜਿਹੜੀ ਆਪਣੀ ਫਰਮਾ ਰਾਏ ਉਹਦੇ ਨਾਲ ਅਤੇ ਉਹਦੇ ਕਰਕੇ ਆਪਣਾ ਸ਼ੈੱਡ 'ਚ ਨਾ ਮੈਨੂੰ ਮੈਂ ਸੋਚਦਾ ਵੀ ਪ੍ਰੋਬਲਮ ਜੀ ਉਹਦੇ ਕਰਕੇ ਖਾਲੀ ਨਹੀਂ ਰਹਿਣ ਦਿੱਤੀਆਂ ਕਿਉਂਕਿ ਇੰਨੇ ਟਾਈਮ ਜ਼ਿਆਦਾ ਟਾਈਮ ਫਾਰਮ ਖਾਲੀ ਰਹਿ ਨਾ ਜਿਹੜਾ ਬੈਕਟੀਰੀਆ ਵਾ ਉਹ ਫਾਰਮ 'ਚ ਖਤਮ ਹੋ ਜਾਂਦਾ ਅਤੇ ਹੁਣ ਨੂੰ ਝਾੜੂ ਝੂੜ ਵੱਜੇ ਆ ਅਤੇ ਹੁਣ ਮੈਂ ਇੱਥੋਂ ਜਾ ਕੇ ਤੁਹਾਨੂੰ ਸ਼ੈੱਡਾਂ ਵੀ ਵਿਖਾਉਂਦਾ ਵਾ ਆਪਣੇ ਫਾਰਮ ਵੀ ਦਿਖਾਉਂਦਾ ਬਿਲਕੁਲ ਖਾਲੀ ਪਏ ਆ ਬਰਡ ਬੁਰਡ ਕੋਈ ਨਹੀਂ ਅਤੇ ਭਾਂਡੇ ਤਾਂਡੇ ਇੱਕ ਦਿਨ ਦੇ ਨਿੱਕੇ ਧੋਤੇ ਆ ਵੱਡੇ ਧੋਣ ਵਾਲੇ ਆ ਅਤੇ ਹੁਣ ਵੀ ਜਿਹੜਾ ਮੁੰਡਾ ਬਰਡ ਡਿਲੀਵਰ ਕਰਦਾ ਵਾ ਫਾਰਮ 'ਤੇ ਰਿਸੀਵ ਕਰਾਉਂਦਾ ਉਹਨਾਂ ਨਾਲ ਗੱਲ ਹੋਈ ਅਤੇ ਕਹਿੰਦਾ ਤੁਹਾਡਾ ਮੈਸੇਜ ਪਿਆ ਪਿੱਛੇ ਬਰਡ ਪਾਉਣ ਵਾਸਤੇ ਅਤੇ ਕਿੱਦਣ ਬਰਡ ਮਿਲਦਾ ਅਤੇ ਉਹ ਫਿਰ ਮੈਂ ਤੁਹਾਨੂੰ ਦੱਸ ਦੂੰਗਾ ਅਤੇ ਹੁਣ ਆਪਾਂ ਕਰ ਲਈਏ ਕੰਮ ਅਤੇ ਫਿਰ ਜਾ ਕੇ ਤੁਹਾਨੂੰ ਮੈਂ ਫਾਰਮ 'ਤੇ ਵਿਖਾਉਂਦਾ ਕੀ ਸਿਸਟਮ ਆ ਬਾਈ ਟਰੈਕਟਰ ਕਰ ਲਿਆ ਚਾਲੂ ਅਤੇ ਮੈਂ ਚੱਲਿਆ ਸਵੇਰ ਦੀ ਰੋਟੀ ਖਾਣ ਅਤੇ ਟਾਈਮ ਵੱਜ ਗਿਆ 11 ਇਹ ਕੰਮ ਦੇ ਵਿੱਚ ਭੈਣਦੇ ਇੱਦਾਂ ਹੀ ਆ ਰੋਟੀ ਨਹੀਂ ਟਾਈਮ ਨਾਲ ਖਾਧੀ ਕੀਤੀ ਜਾਂਦੀ ਨਾ ਰਾਤ ਦੀ ਦਾ ਟਾਈਮ ਆ ਨਾ ਸਵੇਰ ਦੀ ਦਾ ਟਾਈਮ ਆ ਹੋਰ ਘੰਟੇ ਲੋਕਾਂ ਨੇ ਲੰਚ ਟਾਈਮ 'ਤੇ ਹੋ ਜਾਣਾ ਅਤੇ ਆਨੀ ਅਤੇ ਬ੍ਰੇਕਫਾਸਟ 'ਤੇ ਹੀ ਆ ਕੱਢ ਲਿਆ ਆਪਾਂ ਆਪਣਾ ਜਹਾਜ਼ ਫਾਰਮ ਤੇ ਚੱਲਦੇ ਤੁਹਾਨੂੰ ਫਾਰਮ ਖੋਲਣਾ ਜਾ ਮੇਰੇ ਪੰਗ ਖਾਲੀ ਪਏ ਆ ਤੁਹਾਨੂੰ ਵੀ ਗਾਲਾ ਕੱਢਣ ਲੱਗ ਪਿਆ ਵੀ ਕੁੜੀ ਜਾ ਮਾਲ ਪਾ ਲਓ 2 ਮਹੀਨੇ ਹੋ ਚੱਲੇ ਤੁਹਾਨੂੰ ਵਿਹਲੇ ਲੋਕ ਵੀ ਗਾਲਾ ਕੱਢਣ ਲੱਗ ਪਿਆ ਵੀ ਕੁੜੀ ਜਾ ਮਾਲ ਪਾ ਲਓ ਵਿਹਲੇ ਬੈਠੇ ਤੁਹਾਨੂੰ 2 ਮਹੀਨੇ ਹੋ ਚੱਲੇ ਬਾਈ ਕੰਮ ਕੁੰਮ ਉੱਧਰੋਂ ਮੁਕਾ ਆਏ ਅਤੇ ਉੱਧਰ ਲਾ ਕੇ ਆਏ ਆਪਾਂ 3 ਘੰਟੇ ਅਤੇ ਹੁਣ ਇੱਥੇ ਆਏ ਹਾਂ ਇੱਥੇ ਥੋੜ੍ਹਾ ਜਿਹਾ ਕੰਮ ਆ ਲੱਗ ਗਈ ਘਰ ਆ ਗਿਆ ਸੀ ਮੈਂ ਅਤੇ ਆ ਕੇ ਅਤੇ ਬਾਈ ਅੰਕਲ ਕੱਲ੍ਹ ਆਏ ਸੀ ਕੰਮ ਕਰਾਉਣ ਅਤੇ ਕੱਲ੍ਹ ਮੈਂ ਹੈਗਾ ਸੀਗਾ ਕੱਲ੍ਹ ਵਾਰਾਗਰਦੀ 'ਤੇ ਅੱਜ ਆਪਾਂ ਮੈਂ ਹੁਣ ਫ੍ਰੀ ਅਤੇ ਫੋਨ ਕੀਤਾ ਸਵੇਰੇ ਅਤੇ ਸਵੇਰੇ ਜਿੱਥੇ ਪਹਿਲਾਂ ਆਪਾਂ ਸਵੇਰੇ ਵੀਡੀਓ 'ਚ ਵੇਖਿਆ ਹੋਣਾ ਤੁਸੀਂ ਆਪਾਂ ਲੱਗੇ ਸੀ ਨਾ ਮੈਂ ਤੁਹਾਨੂੰ ਆਹ ਦੱਸਣ ਡਿਆ ਸੀ ਮੀਟਰ ਦੀ ਪੂਟ ਆ ਵੀ ਕਿੱਦਾਂ ਕਿੱਦਾਂ ਕਨੈਕਟ ਹੁੰਦਾ ਉਸ ਤੋਂ ਬਾਅਦ ਇਹਨਾਂ ਨੇ ਫੋਨ ਕੀਤਾ ਇਹ ਬੰਦਾ ਮੁਲਾਜ਼ਮ ਆ ਅਤੇ ਕਹਿੰਦਾ ਮੈਂ ਘਰ ਨਹੀਂ ਹੈਗਾ ਕੱਲ੍ਹ ਨੂੰ ਕਰ ਲਵਾਂਗੇ ਤੁਹਾਨੂੰ ਫੋਨ ਆਇਆ ਵੀ ਮੈਂ ਆ ਗਿਆ ਅਤੇ ਕੰਮ ਕਰ ਲਈਏ ਅਤੇ ਮੈਂ ਵੀ ਟਰੈਕਟਰ ਲਾਉਣਾ ਸੀਗਾ ਕਿਰਾਹ ਗਾੜੀਓ ਲਾਉਣਾ ਸੀ ਤਾਂ ਕਰਕੇ ਵੀ ਆਪਣੀ ਆਈ ਆ ਗੰਨੇ ਦੀ ਪਰਚੀ ਅਤੇ ਗੰਨਾ ਕਰਨਾ ਲੋੜ ਅਤੇ ਮੇਲੇ 'ਚ ਖੜਨਾ ਇਹਨੇ ਅਤੇ ਆਪਣੇ ਨਾੜ ਯਾਰਾਂ ਦੀ ਕਲੱਚ ਪਲੇਟ ਬਿਲਕੁਲ ਜਵਾਬ ਦੇ ਗਈ ਆ ਚੱਲਦਾ ਵਾ ਪਰ ਮੈਂ ਚਲਾ ਲੈਂਦਾ ਉਹਨੂੰ ਅਤੇ ਉਹ ਜਾਣਾ ਦੂਰ ਆਪਾਂ ਨੂੰ ਪੈਂਦੀ ਆ ਕੀੜੀ ਸ਼ੂਗਰ ਮਿੱਲ ਉੱਥੇ ਅਤੇ ਉਸ ਤੱਕ ਜਾਂਦਿਆਂ ਘਰ ਤੋਂ ਪਤਾ ਨਹੀਂ ਬਾਪੂ ਖੜਦਾ ਸੀ ਕਿ ਬਾਈ ਜਾਂਦਾ ਸੀ ਬਾਪੂ ਜਾਊਗਾ ਮੈਂ ਤਾਂ ਜਾਣਾ ਨਹੀਂ ਅਤੇ ਉਹ ਉੱਥੇ ਤੱਕ ਜਾਂਦਿਆਂ ਗਰਮ ਹੋ ਜਾਣੀ ਆ ਕਲੱਚ ਪਲੇਟ ਮੈਂ ਤਾਂ ਲੈ ਜਾਣਾ ਸੀ ਮਜ਼ੇ ਪਰ ਇਹਨਾਂ ਦਾ ਪਤਾ ਨਹੀਂ ਅਤੇ ਇੱਥੇ ਬੈਂਡ ਸੀ ਆਪਣੇ ਕਰਾਹ ਦੇ ਆ ਉਹ ਸੈਂਟਰ 'ਚ ਉਹ ਨੱਟ 'ਤੇ
ਇੱਥੋਂ ਨਹੀਂ ਇੱਧਰਲੇ ਪਾਸੋਂ ਲੱਭਦਾ। ਆਇਆ ਨਾ ਇਹਦੀ ਆ ਸਟਰੇਟ ਆ, ਉਹ ਲੱਕ ਚੋਂ ਬੈਂਡ ਹੀਗਾ। ਐਡਾ ਮੁੱਢ ਸੀ ਉਹ ਤੇ, ਉਹ ਯਾਰ ਵਲੌਗ 'ਚ ਪਾਉਣ ਵਾਲੀ ਚੀਜ਼ ਸੀ, ਉਹ ਸਾਡੀ ਬਣੀ ਨਹੀਂ। ਅਤੇ ਬਾਕੀ ਆਹ ਕੰਮ ਕਰਨ ਲੱਗਾ ਮੈਂ, ਅਤੇ ਫਾਰਮਾਂ ਦਾ ਵਲੌਗ ਤੁਹਾਨੂੰ ਦੱਸ ਹੀ ਦਿੱਤਾ ਜਿੱਦਾਂ ਪਿੱਛੇ, ਅਤੇ ਉਹ ਆਪਣਾ ਚੂਚਾ ਪੈ ਜਾਣਾ ਥੋੜ੍ਹੇ ਦਿਨਾਂ ਦੇ ਵਿੱਚ ਵਿੱਚ, ਅਤੇ ਫਿਰ ਉਹਦੇ ਵਲੌਗ ਵੀ ਆਪਾਂ ਕੰਟੀਨਿਊ ਕਰ ਦਾਂਗੇ। ਅਤੇ ਆਹ ਲਾਟ ਜਿਹੜਾ ਵਾ ਮੈਂ ਤੋਵਾਂ 'ਤੇ ਕੱਢਣਾ ਵਾ, ਅਤੇ ਅਗਲੇ ਲਾਟ ਜਿਹੜੇ ਆਪਣੇ ਤਕਰੀਬਨ ਜਿਹੜੀ ਮੈਂ ਰੇਤਾ ਜੀ ਘੱਸੂ ਮਿੱਟੀ ਪਾ ਕੇ ਕੱਢਦਾ ਉਹ 'ਤੇ ਕੰਮ ਚੱਲੂ। ਅਤੇ ਇੱਕ ਪੋਲਟਰੀ ਦੇ ਮਾਮਲੇ 'ਚ ਕੋਈ ਨਵਾਂ ਜਗਾੜ ਲਾਉਂਦਾ ਮੈਂ, ਜੇ ਤਾਂ ਮੇਰਾ ਕਾਮਯਾਬ ਹੋ ਗਿਆ ਉਹ, ਅਤੇ ਫਿਰ ਮੈਂ ਤੁਹਾਨੂੰ ਸਾਰਿਆਂ ਨੂੰ ਦੱਸੂੰਗਾ ਪੋਲਟਰੀ ਵਾਲਿਆਂ ਨੂੰ। ਬਾਕੀ ਕਰਦੇ ਹਾਂ ਹੁਣ ਇੱਥੇ ਕੰਮ, ਇੱਥੇ ਕੰਮ ਕਰਕੇ ਅਤੇ ਚੱਲਦੇ ਹਾਂ ਘਰੇ, ਅਤੇ ਟਰੈਕਟਰ ਖੋਲ੍ਹ ਕੇ ਅਤੇ ਇਹਨੂੰ ਧੋਣਾ ਵਾ, ਕਿਉਂਕਿ ਇਹਦਾ ਉੱਦਾਂ ਦਾ ਇੰਜਨ ਉਂਜਨ ਦਾ ਕੰਮ ਕਰਾ ਕੇ ਲਿਆਂਦਾ ਸਾਰਾ, ਤੇਲ ਤੂਲ ਨਾਲ ਲਿਬੜਿਆ, ਅਤੇ ਹੁਣ ਧੋਨੇ ਹਾਂ ਇੱਕ ਵਾਰੀ। ਅਤੇ ਤੁਸੀਂ ਵਲੌਗ ਨੂੰ ਪਿੱਛੇ ਜੋ ਕੁਝ ਵੀ ਵੇਖਿਆ, ਕਿਸੇ ਦਿਨ ਨਾ ਆਪਣਾ ਮੈਂ ਆਪਣਾ ਵਲੌਗ ਬਣਾਊਂਗਾ ਵੀ ਮੈਂ ਕੀ ਕਰਨਾ ਚਾਹੁੰਦਾ ਵਾਂ ਯੂਟਿਊਬ ਦੇ ਲੈਵਲ ਦੇ ਹਿਸਾਬ ਨਾਲ, ਅਤੇ ਫਿਰ ਤੁਸੀਂ ਸਾਰੇ ਜਾਣੇ ਦੱਸਿਓ ਵੀ ਉਹ ਕੰਮ ਕਰੀਏ ਕਿ ਨਾ ਕਰੀਏ। ਅਤੇ ਮਿਲਦਾ ਦੋਸਤ, ਅਤੇ ਮਿਲਦਾ ਦੋਸਤਾਂ ਤੁਹਾਨੂੰ ਮੈਂ ਇਹੋ ਜਿਹੇ ਕਿਸੇ ਨਵੇਂ ਵਲੌਗ 'ਚ। ਅਤੇ ਡੇਲੀ ਵਲੌਗ ਆਪਣਾ ਜਾਂ ਸਾਰੀ ਦਿਹਾੜੀ ਆਹੀ ਕੰਮ ਕੁੰਮ ਕਰਨਾ ਹੁੰਦਾ, ਤਾਂ ਡੇਲੀ ਵਲੌਗ ਕੀ ਬਣਾਉਣਾ ਇਕੱਲੇ ਸਾਰੀ ਦਿਹਾੜੀ, ਐਵੇਂ ਕੋਈ ਕੰਮ ਕੁੰਮ ਹੋਵੇ ਨਾ ਆਪਣੇ ਨਾਲ ਦੇ ਬੰਦੇ ਹੈਗੇ ਆ ਫਨ ਸ਼ਨ ਤਾਂ ਕਰਦੇ ਆ, ਪਰ ਜਦੋਂ ਕੈਮਰਾ ਖੋਲ੍ਹ ਲਓ ਉਦੋਂ ਸਾਰੇ ਸ਼ਰਮਿੰਦੇ ਜਿਹੇ ਹੋ ਜਾਂਦੇ ਆ। ਬਾਕੀ ਫਿਰ ਵੀ ਬੜੀ ਵਧੀਆ ਸਪੋਰਟ ਆ ਸਬਸਕ੍ਰਾਈਬਰ ਆਪਣੇ, ਆਹ ਵੀਡੀਓ ਤੋਂ ਜਿਹੜੀ ਪਿਛਲੀ ਵੀਡੀਓ ਉੱਤੇ ਹੋ ਗਏ ਆਪਣੇ ਤਕਰੀਬਨ 780 221 ਸਬਸਕ੍ਰਾਈਬਰ ਰਹਿ ਗਏ ਆਪਣੇ, ਅਤੇ ਕਰਕੇ ਪੂਰੇ ਚੈਨਲ ਕਰਾਉਂਦੇ ਹਾਂ ਆਪਾਂ ਆਪਣਾ ਮੋਨੋਟਾਈਜ਼, ਅਤੇ ਫਿਰ ਨਵੇਂ ਨਵੇਂ ਪ੍ਰੋਜੈਕਟ ਲੈ ਕੇ ਆਉਂਦੇ ਹਾਂ ਕੋਈ ਨਾ ਕੋਈ। ਤੁਸੀਂ ਸਾਰੇ ਜਾਣੇ ਸਪੋਰਟ ਕਰਿਓ, ਧੰਨਵਾਦ ਦੋਸਤੋ।